ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਇਤਮਾਦ ਟੀਵੀ। ਮੈਂ ਤੁਹਾਡਾ ਦੋਸਤ ਮੁਹੰਮਦ ਆਸਿਫ। ਦੋਸਤੋ, ਤੁਹਾਡੇ ਵਾਸਤੇ ਅੱਜ ਨਾ ਸਾਡੇ ਦੋਸਤ ਆਏ ਨੇ ਬਾਈ ਇਮਰਾਨ ਰਾਵਲਪਿੰਡੀ ਤੋਂ। ਉਹਨਾਂ ਨੇ ਸਾਡੇ ਕੋਲ ਜੀ ਦੋ ਮੱਝਾਂ ਖਰੀਦੀਆਂ ਨੇ, ਇੱਕ ਦੂਸਰਾ ਸੁਬਾ ਸੂਣ ਵਾਲੀ ਹੈ ਅਤੇ ਇੱਕ ਪਹਿਲਣ ਸੋਈ ਹੋਈ ਹੈ। ਅਤੇ ਬਾਕੀ ਬਾਈ ਇਮਰਾਨ ਸਾਡੇ ਕੋਲ ਹੀ ਖੋਤੇ ਨੇ, ਮਾਸ਼ਾਅੱਲਾ ਡਾਲੇ ਲੋਡ ਕਰਦੇ ਪਏ। ਇਹ ਤੁਹਾਨੂੰ ਦੱਸਦੇ ਨੇ ਕਿ ਸਾਡਾ ਤਾਂ ਹੁਣ ਕਿਸ ਤਰ੍ਹਾਂ ਇਹਨਾਂ ਦੇ ਨਾਲ ਰਿਹਾ। ਬਾਕੀ ਬਾਈ ਇਮਰਾਨ ਹੋਰ ਦੱਸ ਦਿਓ ਪਹਿਲੇ। ਅਤੇ ਬਾਈ ਇਮਰਾਨ ਹੋਰੀ ਪਹਿਲੇ ਵੀ ਅੱਜ ਤੋਂ ਤਕਰੀਬਨ 15-20 ਦਿਨ ਪਹਿਲੇ ਸਾਡੇ ਕੋਲ ਇੱਕ ਜੋਟੀ ਖਰੀਦ ਕੇ ਲੈ ਗਏ ਹਨ, ਅਤੇ ਉਹਨਾਂ ਦੇ ਬਾਰੇ ਵੀ ਇਹਨਾਂ ਕੋਲ ਪੁੱਛਾਂਗੇ ਕਿ ਉਹਦਾ ਕਿਸ ਤਰ੍ਹਾਂ ਦਾ ਰਿਹਾ। ਬਾਕੀ ਮੱਝ ਵੇਖ ਲਓ, ਮੱਝਾਂ ਦੋਵੇਂ ਅਸੀਂ ਜਿਹੜੀਆਂ ਲੋਡ ਕਰ ਰਹੇ ਹਾਂ, ਤੁਸੀਂ ਉਹ ਵੇਖੋ। ਬਾਕੀ ਬਾਈ ਇਮਰਾਨ ਨਾਲ ਬਾਅਦ ਗੱਲ ਕਰਦੇ ਹਾਂ। ਮੱਝ ਲੋਡ ਕਰ ਲਈਏ, ਫਿਰ ਬਾਈ ਇਮਰਾਨ ਨਾਲ ਗੱਲ ਕਰ। ਬੜੇ ਮੁਤਮਈਨ ਹੋ ਗਏ ਜੀ ਅਸੀਂ ਇਨਸ਼ਾਅੱਲਾ। ਇਹ ਭਾਈ ਮੇਹਰ ਜੀ ਸਾਡੇ ਭਾਈ ਹਨ, ਮਨਜ਼ੂਰ ਹੈ ਜੀ। ਝੋਟੀ ਲੈ ਕੇ ਗਏ ਹਾਂ ਜੀ, ਬੜੇ ਮੁਤਮਈਨ ਹੋਏ ਹਾਂ, ਬੜੀ ਪਸੰਦ ਆਈ ਹੈ। ਅੱਲਾ ਪਾਕ ਨੇ ਕੀਤਾ ਜੀ, ਇਹ ਦੋ ਝੋਟੀਆਂ ਹੋਰ ਅੱਜ ਆ ਕੇ ਲੱਗੀਆਂ। ਬੜਾ ਕਾਮਨ ਕੀਤਾ ਇਹਨਾਂ ਨੇ ਯਾਰ, ਬੜਾ ਇਹ ਕਰਦੇ ਨੇ ਮੇਰੇ ਨਾਲ। ਬਾਈ ਇਮਰਾਨ ਰਾਵਲ ਪਿੰਡੀ ਤੋਂ ਐਨ ਪਹਿਲੇ ਵੀ ਇਹ ਲੈ ਕੇ ਗਏ ਜੋਟੀਆਂ, ਤੁਹਾਨੂੰ ਪਹਿਲੇ ਵੀ ਜ਼ਿਕਰ ਕੀਤਾ। ਇਹਨਾਂ ਦੇ ਬਾਈ ਹਨ ਬਾਬਰ ਖਾਨ, ਅਬਰਾਰ ਖਾਨ, ਸੋਰੀ ਅਬਰਾਰ ਖਾਨ ਇਹਨਾਂ ਦੇ ਬਾਈ ਹਨ। ਉਹ ਸਾਡੇ ਬਹੁਤ ਹੀ ਅੱਛੇ ਦੋਸਤ ਹਨ, ਇਹ ਵੀ ਸਾਡੇ ਬਾਈ ਹਨ। ਇਹਨਾਂ ਨੇ ਜੋਟੀਆਂ ਪਸੰਦ ਕੀਤੀਆਂ ਹਨ। ਪਹਿਲੀ ਜੋਟੀ ਦਾ ਤੁਹਾਡੇ ਸਾਹਮਣੇ ਕਹਿ ਰਹੇ ਹਨ ਕਿ ਮਾਸ਼ਾਅੱਲਾ ਬੜੀ ਅੱਛੀ ਨਿਕਲੀ ਹੈ ਜੋਟੀ। ਅੱਲਾ ਪਾਕ ਇਹ ਵੀ ਇਹਨਾਂ ਦੇ ਨਸੀਬ ਵਿੱਚ ਕਰੇ। ਇਹ ਵੀ ਅੱਛੀਆਂ, ਇਹ ਵੀ ਬਹੁਤ। ਇਹਨਾਂ ਦੇ ਸ਼ੌਕ ਦੇ ਮੁਤਾਬਕ, ਇਹਨਾਂ ਦੀ ਜਿਸ ਤਰ੍ਹਾਂ ਚੁਆਇਸ ਆਇਆ ਸੀ ਉਹਦੇ ਮੁਤਾਬਕ ਇਹਨਾਂ ਨੂੰ ਇਹ ਡੰਗਰ ਲੈ ਕੇ ਦਿੱਤੇ ਜੀ। ਡੰਗਰ ਤੁਸੀਂ ਪਹਿਲੇ ਦੋਵੇਂ ਜੋਟੀਆਂ ਵੇਖੋ ਅਤੇ ਫਿਰ ਬਾਈ ਇਮਰਾਨ ਹੋਰਾਂ ਨਾਲ ਗੱਲ ਕਰਨੇ ਆ। ਇਹ ਜੀ ਪਹਿਲਾਂ ਜੋਟੀ ਹੈ ਜੀ, ਇਹਨੇ ਦੂਸਰੇ ਸੂਬੇ ਇਹ ਜੋਟੀ ਇਹਨੇ ਸੁਣਿਆ ਜੀ। ਅੱਜ ਸੂ ਪਵੇ, ਕੱਲ੍ਹ ਸੂ ਪਵੇ, ਇੱਕ ਦੋ ਦਿਨ ਵੱਧ ਤੋਂ ਵੱਧ ਇੱਕ ਦੋ ਦਿਨ ਕੱਢਦੀ ਹੈ ਜੀ ਇਹ ਜੋਟੀ। ਅੱਲਾ ਪਾਕ ਖੈਰ ਸਲਾਮਤ ਇਹਨਾਂ ਨੂੰ ਲੈ ਜਾਵੇ। ਅਤੇ ਇਹ ਪਹਿਲਾਂ ਜੋਟੀ ਸੂ ਪਈ ਹੈ ਜੀ, ਹੁਣ ਇਹਦੇ ਥੱਲੇ ਬੱਚਾ ਇਕੱਠਾ ਹੈ ਜੀ। ਇਹ ਜੀ ਹੁਣ ਚੁਆਈ ਅਸਾਂ ਕੀਤੀ, ਚੁਆਈ ਕਰਕੇ ਲੋੜ ਕੀਤੀ ਡਾਲੇ ਥੱਲੇ ਦੇ ਜੀ। ਕੱਟਾ ਤਕਰੀਬਨ ਦੋ ਦਿਨ ਦੀ ਸੂਈ ਹੋਈ ਹੈ ਵੇਖੋ। ਬਸ ਭਾਈ ਜੀ ਸ਼ੇਰ ਜਿਹੜਾ ਤਰਪਾਲ ਤਰਪੂਲ ਬੰਨਣਾ ਇੱਕ ਕਈ ਵਾਰੀ ਬੰਨ ਲਓ, ਠੀਕ ਹੈ ਨਾ? ਨਹੀਂ ਨਹੀਂ ਫੈਸਲਾ ਹੈ ਜੀ, ਫੈਸਲਾ ਬਾਅਦ ਕ੍ਰਾਸ ਕਰ ਨਹੀਂ ਲੱਗਦੀ ਯਾਰ। ਵਾਟ ਇੱਕ ਤਾਜ਼ੀ ਸੀ ਟੈਨਸ਼ਨ ਨੀ ਹੈਗੀ ਆਪਣਾ ਡੰਗਰਾਂ ਨਹੀਂ ਆ। ਜੀ ਬਾਈ ਇਮਰਾਨ, ਹੁਣ ਤੁਸੀਂ ਪਹਿਲੇ ਵੀ ਸਾਡਾ ਜ਼ਿਕਰ ਕੀਤਾ, ਹੁਣ ਦੋਸਤਾਂ ਨੂੰ ਫਿਰ ਦੱਸ ਦੇਵੋ ਕਿ ਤੁਸੀਂ ਅੱਗੇ ਵੀ ਆਏ ਸੀ, ਉਦੋਂ ਵੀ ਸਾਡੇ ਕੋਲ ਰਾਤ ਗੁਜ਼ਾਰੀ, ਤੁਹਾਨੂੰ ਜਿਸ ਤਰ੍ਹਾਂ ਦੇ ਤੁਹਾਡੇ ਦਿਲ ਸੀ ਤੁਹਾਨੂੰ ਜਾਨਵਰ ਲੈ ਕੇ ਦਿੱਤੇ ਆ, ਤੁਸੀਂ ਦਿਲੀ ਤੌਰ 'ਤੇ ਮੁਤਮਿਨ ਹੋ ਸਾਡੇ 'ਤੇ ਜਾਂ ਦੋਸਤਾਂ ਨੂੰ ਦੱਸੋ ਹਾਂ ਕੀ ਸਾਡੇ? ਜੀ ਜੀ ਭਾਈ ਜਾਨ, ਮੈਂ ਬਹੁਤ ਮੁਤਮਿਨ ਹਾਂ ਇਹਨਾਂ ਲੋਕਾਂ ਤੋਂ, ਠੀਕ ਹੈ ਨਾ? ਜਿਹੜੀ ਕੁਛ ਸਾਡੇ ਸਮਝ 'ਚ ਆਉਂਦੀ ਹੈ ਉਹ ਤਾਂ ਠੀਕ ਹੈ, ਲੇਕਿਨ ਕੁਛ ਇਹ ਵੀ ਬਹੁਤ ਤਾਵਨ ਕਰਦੇ ਨੇ, ਜਿਸ ਜਗ੍ਹਾ 'ਤੇ ਮੈਨੂੰ ਨਹੀਂ ਸਮਝ ਆਉਂਦੀ ਉਸ ਜਗ੍ਹਾ 'ਤੇ ਇਹ ਮੈਨੂੰ ਸਮਝਾ ਦਿੰਦੇ ਨੇ। ਇਹਨਾਂ ਦਾ ਖਲੂਸ ਹੈ, ਅਖਲਾਕ ਹੈ, ਪਿਆਰ ਹੈ, ਮੈਂ ਇਹਨਾਂ ਦਾ ਜਿੰਨਾ ਵੀ ਸ਼ੁਕਰੀਆ ਅਦਾ ਕਰਾਂ ਘੱਟ ਹੈ। ਅਤੇ ਬਾਈ ਜਾਨ, ਬਸ ਇਹਨਾਂ ਦੇ ਨਾਲ ਅਸੀਂ, ਤੁਸੀਂ ਵੀ ਤਾਵਨ ਕਰੋ ਇਹਨਾਂ ਦੇ ਨਾਲ, ਤੁਸੀਂ ਆਓ ਬਿਲਾ ਝਿਜਕ ਆਓ। ਅਸੀਂ ਪਿੰਡੀ ਤੋਂ ਆਉਂਦੇ ਹਾਂ, ਦੇਖੋ ਇਤਨੀ ਦੂਰੋਂ ਆਉਂਦੇ ਹਾਂ,
ਯਕੀਨ ਮੰਨੋ ਕਿ ਸਾਨੂੰ ਕਿਸੇ ਕਿਸਮ ਦੀ ਇਹ ਲੋਕ ਜਿਹੜਾ ਨਾ ਟੈਨਸ਼ਨ ਨਹੀਂ ਆਉਣ ਦਿੰਦੇ ਇੱਥੇ। ਅਤੇ ਆਹ ਤੁਹਾਡੇ ਸਾਹਮਣੇ ਮਾਲ ਡੰਗਰ ਤੁਸੀਂ ਵੇਖ ਲਓ, ਅੱਗੇ ਵੀ ਮੈਂ ਇੱਕ ਪਹਿਲਣ ਝੋਟੀ ਲਈ ਸੀ ਹੈ, ਉਹ ਮੇਰਾ ਫਸਟ ਟਾਈਮ ਸੀ ਹੈ, ਲੇਕਿਨ ਮੇਰਾ ਦਿਲ ਔਰ ਦਿਮਾਗ ਜ਼ਮੀਰ ਇਤਨਾ ਮੁਤਮਈਨ ਹੋਇਆ ਕਿ ਮੈਂ ਇਹਨਾਂ ਕੋਲ ਬਹੁਤ ਹੀ ਜਲਦ ਫਿਰ ਦੁਬਾਰਾ ਆਇਆ। ਬਹੁਤ ਸ਼ੁਕਰੀਆ ਬਈ ਇਮਰਾਨ ਬਾਈ, ਤੁਹਾਡਾ ਜ਼ਿਕਰ ਕੀ ਹੈ ਜੀ ਇਸ ਪ੍ਰੋਗਰਾਮ ਵਿੱਚ? ਇਹ ਮੇਰੇ ਦੋਸਤ ਨੇ ਜੀ ਬਾਈ ਇਮਰਾਨ ਦੇ ਨਾਲ ਆਇਆ ਜੀ। ਦੋਸਤ ਬਾਈ, ਤੁਸੀਂ ਸਾਡੇ ਕੋਲ ਪਹਿਲੀ ਦਫ਼ਾ ਆਇਆ, ਤੁਹਾਡਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ, ਕਿ ਸਾਡਾ ਵਰਤਾਓ ਤੁਹਾਡੇ ਨਾਲ? ਤੁਹਾਡਾ ਵਰਤਾਓ ਮਾਸ਼ਾਅੱਲਾ ਬਹੁਤ ਅੱਛਾ ਹੈ, ਔਰ ਡੰਗਰ ਵੀ ਤੁਹਾਡੇ ਮਾਸ਼ਾਅੱਲਾ ਬਹੁਤ ਅੱਛੇ ਨੇ, ਸਾਨੂੰ ਪਸੰਦ ਆਏ ਨੇ ਜੀ, ਅਤੇ ਇਨਸ਼ਾਅੱਲਾ ਅੱਗੇ ਵੀ ਤੁਹਾਡੇ ਕੋਲ ਆਉਂਦੇ ਰਹਾਂਗੇ। ਅਤੇ ਬਾਈ ਜਿਹੜੇ ਹਨ ਮਾਸ਼ਾਅੱਲਾ ਬਹੁਤ ਤਾਵਨ ਕਰਨ ਵਾਲੇ ਬੰਦੇ ਨੇ, ਸ਼ੁਕਰੀਆ ਸਾਡੇ ਨਾਲ ਬਹੁਤ ਤਾਵਨ ਕੀਤਾ, ਇਨਸ਼ਾਅੱਲਾ ਤੁਸੀਂ ਆਓਗੇ ਤੁਹਾਡੇ ਨਾਲ ਵੀ ਬਹੁਤ ਤਾਵਨ ਕਰਨਗੇ ਇਨਸ਼ਾਅੱਲਾ। ਅੱਲਾਹ ਤਾਲਾ ਇਹਨਾਂ ਨੂੰ ਜਜ਼ਾਕ ਦੇਵੇ ਜੀ। ਆਮੀਨ। ਅੱਲਾਹ ਪਾਕ ਬਾਈ ਇਮਰਾਨ ਨੂੰ, ਬਾਈ ਦੋਸਤਾਂ ਨੂੰ, ਇਹਨਾਂ ਦੇ ਜਾਨਵਰਾਂ ਨੂੰ ਖੈਰ ਸਲਾਮਤ ਲੈ ਜਾਵੇ ਜੀ। ਆਮੀਨ ਜੀ, ਆਮੀਨ। ਅਤੇ ਤੁਸੀਂ ਵੀ ਦੁਆ ਕਰੋ ਦੋਸਤੋ, ਤੁਸੀਂ ਵੀ ਅਗਰ ਆਉਣਾ ਚਾਹੋ ਆਓ ਦੋਸਤੋ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ, ਅਤੇ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਵੇ ਇਨਸ਼ਾਅੱਲਾ ਤੁਹਾਡੀ ਖੁਆਇਸ਼ ਦੇ ਮੁਤਾਬਿਕ ਤੁਹਾਨੂੰ ਉਹ ਮਿਲੇਗਾ। ਬਾਈ ਜਾਨ, ਮੈਂ ਇੱਕ ਰਿਕੁਐਸਟ ਕਰਨਾ ਚਾਹੁੰਦਾ ਵਾਂ, ਜਦੋਂ ਵੀ ਆਉਂਦੇ ਹੋ ਨਾਲ ਕੋਈ ਸਿਆਣਾ ਬੰਦਾ ਲੈ ਕੇ ਆਇਆ ਕਰੋ, ਜਿਹੜਾ ਜਿਸ ਨੂੰ ਮਾਲ ਡੰਗਰ ਦੀ ਪਰਖ ਹੋਵੇ, ਠੀਕ ਹੈ, ਮਾਲ ਡੰਗਰ ਚੈੱਕ ਕਰਦਾ ਹੋਵੇ। ਇਹਨਾਂ ਬਾਈਆਂ ਦਾ ਕੰਮ ਹੁੰਦਾ ਤੁਹਾਨੂੰ ਇੱਕ ਤੋਂ ਇੱਕ ਆਲਾ ਸ਼ਹਿਰ ਉਠਾਉਣਾ ਜੀ ਜੀ। ਅੱਗੇ ਤੁਹਾਡਾ ਕੰਮ ਹੁੰਦਾ ਚੀਜ਼ ਨੂੰ ਪਸੰਦ ਕਰਨਾ, ਉਸਨੂੰ ਪਾਸ ਕਰਨਾ। ਬਿਲਕੁਲ ਠੀਕ ਹੈ ਨਾ ਜੀ। ਇਹ ਮੈਂ ਹੁਣ ਦੇਖੋ ਆਇਆ ਵਾਂ, ਯਕੀਨ ਮੰਨੋ ਕਿ ਇਹ ਝੋਟੀਆਂ ਮੈਂ ਪਹਿਲੀ ਝੋਟੀ ਤੋਂ ਇਤਨਾ ਮੁਤਮਈਨ ਹੋਇਆ ਕਿ ਇਹ ਝੋਟੀਆਂ ਮੈਂ ਇੰਝ ਹੀ ਲੈ ਲਿੱਤੀਆਂ, ਕਿਉਂ ਕਿਉਂਕਿ ਮੈਨੂੰ ਇਹਨਾਂ ਦੀ ਜ਼ੁਬਾਨ 'ਤੇ ਦੁਬਾਰਾ ਇਹਨਾਂ ਨੇ ਪਾਸ ਕਰ ਲਿੱਤੀਆਂ, ਸਮਝੋ ਕਿ ਮੈਨੇ ਪਾਸ ਕਰ ਲਿੱਤੀਆਂ। ਇਹ ਬਹੁਤ ਇਤਮਾਦ ਦੇ ਲੋਕ ਨੇ, ਅਤੇ ਇਹਨਾਂ ਦੇ ਚੈਨਲ ਦਾ ਨਾਂ ਵੀ ਇਤਮਾਦ TV ਹੈ, ਸਬਸਕ੍ਰਾਈਬ ਕਰਿਆ ਕਰੋ, ਔਰ ਇਹਨਾਂ ਨੂੰ ਯਾਰ ਥੋੜ੍ਹਾ ਜਿਹਾ ਜਿਹੜਾ ਨਾ ਐਪਰੀਸ਼ੀਏਟ ਕਰਿਆ ਕਰੋ, ਇਹ ਸਾਡੇ ਲਈ ਬਹੁਤ ਸਟਰਗਲ ਕਰਦੇ ਨੇ, ਬਹੁਤ ਮਿਹਨਤ ਵਾਲਾ ਕੰਮ ਹੈ। ਬਹੁਤ ਮਿਹਰਬਾਨੀ, ਠੀਕ ਹੈ ਬਾਈ ਇਮਰਾਨ, ਬਹੁਤ ਸ਼ੁਕਰੀਆ। ਠੀਕ ਹੈ ਦੋਸਤੋ, ਤੁਸੀਂ ਵੀ ਦੁਆ ਕਰਿਆ ਜੀ, ਅੱਲਾਹ ਪਾਕ ਖੈਰ ਸਲਾਮਤ ਬਾਈ ਇਮਰਾਨ ਹੋਰਾਂ ਨੂੰ ਪਹੁੰਚਾਵੇ, ਅਤੇ ਅੱਲਾਹ ਪਾਕ ਇਸ ਤਰ੍ਹਾਂ ਹੀ ਸਾਡੇ ਅਤੇ ਇਹਨਾਂ ਦਾ ਇਤਮਾਦ ਕਾਇਮ ਰੱਖੇ। ਸ਼ੁਕਰੀਆ ਜੀ, ਅੱਲਾਹ ਹਾਫਿਜ਼।